ਲੋਕ ਸਭਾ ਚੋਣ ਦੰਗਲ ਦੇ ਨਾਲ ਜੁੜੀਆਂ ਸ਼ਨੀਚਰਵਾਰ ਦੀਆਂ ਵੱਡੀਆਂ ਖਬਰਾਂ ਦੱਸ ਦਿੰਦੇ ਹਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ 2022 ਦੀ ਰਣਨੀਤੀ ਦੇ ਨਾਲ ਜਿਸ ਤਰ੍ਹਾਂ ਹੁੰਜਾ ਫੇਰ ਜਿੱਤ ਹਾਸਲ ਕੀਤੀ ਸੀ ਉਸੇ ਤਰ੍ਹਾਂ ਹੀ ਹੁਣ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਦੇ ਲਈ 2 ਸਾਲ ਬਾਅਦ ਵਰਕਰ ਮਿਲਣੀ ਸ਼ੁਰੂ ਕਰ ਦਿੱਤੀ ਗਈ ਹੈ ਫਰੀਦਕੋਟ ਤੋਂ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਦੇ ਹੱਕ ਵਿੱਚ ਮੋਗਾ ਹਲਕੇ ਤੋਂ ਪਹਿਲੀ ਵਰਕਰ ਮਿਲਣੀ ਦਾ ਆਗਾਜ਼ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕੀਤਾ ਕਰਮਜੀਤ ਸਿੰਘ ਅਨਮੋਲ ਜਿੱਥੇ ਉਹਨਾਂ ਦੇ ਸਾਥੀ ਕਲਾਕਾਰ ਨੇ ਉੱਥੇ ਹੀ ਉਹਨਾਂ ਦੇ ਬਹੁਤ ਚੰਗੇ ਦੋਸਤ ਵੀ ਹਨ ਇਸ ਦੌਰਾਨ ਪਹਿਲਾਂ ਤਾਂ ਵਰਕਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ੋਰਦਾਰ ਸਵਾਗਤ ਕੀਤਾ ਮੁੱਖ ਮੰਤਰੀ ਨੇ 13 ਜ਼ੀਰੋ ਦਾ ਨਾਰਾ ਦਿੰਦੇ ਹੋਏ ਫਿਰ ਕਿਹਾ ਕਿ ਤੁਸੀਂ 13 ਜਿਤਾਓ ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਕੇ ਦਿਖਾਵਾਂਗੇ ਮੁੱਖ ਮੰਤਰੀ ਨੇ ਪਾਰਟੀ ਨੂੰ ਧੋਖਾ ਦੇਣ ਵਾਲਿਆਂ ਤੇ ਵੀ ਤੰਜ ਕਸਦਿਆਂ ਕਿਹਾ ਕਿ ਜਿਹੜੇ ਪੱਕੇ ਪਮਕੜ ਨੇ ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ ਜਿਹੜੀ ਮਰਜ਼ੀ ਪਾਰਟੀ ਜ਼ੋਰ ਲਾ ਲਵੇ ਸਾਡੇ ਪੱਕੇ ਪਮਕੜ ਨਹੀਂ ਹਿਲਦੇ ਕੱਚੇ ਭਾਵੇਂ ਚਲੇ ਗਏ ਨੇ ਪੰਜਾਬ ਬਣੂਗਾ ਹੀਰਾ ਵਾਹ ਬਈ ਵਾਹ ਬਹੁਤ ਅੱਛੇ ਬਹੁਤ ਅੱਛੇ ਥੋੜਾ ਥੋੜਾ ਵਾਸ ਚੱਲੇ ਤਾਂ ਅੱਜੀ EVM ਮੰਗਾ ਲਉ ਇੱਥੇ ਵੀ ਇੱਥੇ ਵੋਟਾਂ ਦੱਬਣ ਨੂੰ ਚੀ ਕਰਦਾ ਸੋ ਮੈਂ ਆਉਂਗਾ ਜਿੱਥੇ ਕਹੋਂਗੇ ਮੈਂ ਆਉਂਗਾ ਪਰ ਇਸ ਗੱਲ ਦਾ ਗੁੱਸਾ ਨਾ ਕਰ ਜਿਓ ਕਿਉਂਕਿ ਸਾਡੇ ਪਿੰਡ ਦੇ ਭਵੰਤਮਾਨ ਆ ਜਾਂਦਾ ਬੋਟ ਪਾ ਦਿੰਦੇ ਉਹ ਆਇਆ ਨਹੀਂ ਕਈ ਵਾਰੀ ਹੋ ਸਕਦਾ ਮੈਥੋਂ ਇਕੱਲੇ ਤੋਂ ਨਾ ਜਾਇਆ ਜਾਵੇ ਤੁਸੀਂ ਸਾਰੇ ਕੇਜਰੀਵਾਲ ਬਣੋ ਤੁਸੀਂ ਸਾਰੇ ਭਗਵੰਤਮਾਨ ਬਣੋ ਤੇ ਆਪਾਂ ਫਿਰ ਪੰਜਾਬ ਨੂੰ ਨੰਬਰ 1 ਸੂਬਾ ਬਣਾਈਏ ਇਹ ਮੇਰੀ ਗਰੰਟੀ ਹੈ ਇੱਕ ਵਾਰੀ 13 0 ਹੋ ਗਿਆ ਔਰ 13 ਇਹ ਹੋ ਗਏ ਗੁਰੂ ਖੇਤਰ ਜਿੱਤ ਰਹੇ ਆ ਦਿੱਲੀ ਦੀਆਂ ਸਾਰੀਆਂ ਸੀਟਾਂ ਆ ਰਹੀਆਂ ਨੇ ਗੁਜਰਾਤ ਜਿੱਤ ਰਹੇ ਆ 10 ਪਹਿਲੀ ਨੇ ਆਪਣੇ ਰਾਜ ਸਭਾ ਦੇ ਵਿੱਚ ਜਦੋਂ ਉੱਥੇ 30 35 ਹੋ ਗਏ ਉੱਥੇ ਫਿਰ ਕਿਸੇ ਦੀ ਮਜਾਲ ਨਹੀਂ ਕਿ ਪੰਜਾਬ ਦੇ ਹੱਕ ਦਾ ਇੱਕ ਵੀ ਪੈਸਾ ਜਿਹੜਾ ਉਹ ਰੋਕ ਕੇ ਦਿਖਾਉਣ ਜਾਂ ਪੰਜਾਬ ਦੀ ਝਾਕੀ ਜਿਹੜੀ 26 ਜਨਵਰੀ 15 ਅਗਸਤ ਤੋਂ ਕੱਢ ਕੇ ਦਿਖਾਉਣ ਬਾਹਰ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਤੇ ਅੱਜ ਪਹਿਲਾ ਦਿਨ ਆ ਤੇ ਪਹਿਲੇ ਦਿਨ ਹੀ ਪਿੱਛ ਦਾ ਪਤਾ ਲੱਗ ਜਾਂਦਾ ਪਹਿਲੇ ਓਵਰ 'ਚ ਹੀ ਵੀ 300 ਮੁੱਖ ਮੰਤਰੀ ਨੇ ਫਿਰ ਇੱਕ ਤੋਂ ਬਾਅਦ ਇੱਕ ਵਿਰੋਧੀਆਂ ਤੇ ਤੰਜ ਕਸੇ ਕਹਿੰਦੇ ਆਕਾਲੀ ਦਲ ਨੂੰ ਉਮੀਦਵਾਰ ਨਹੀਂ ਮਿਲ ਰਹੇ ਪਾਰਟੀ ਦੇ ਜਥੇਦਾਰ ਅਰਦਾਸਾਂ ਕਰ ਰਹੇ ਨੇ ਤੇ ਭਗਵੰਤ ਮਾਨ ਨੇ ਢੀਂਡਸਾ ਪਰਿਵਾਰ ਦੀ ਘਰ ਵਾਪਸੀ ਤੇ ਵੀ ਤੰਜ ਕਸਿਆ ਕਿਉਂਕਿ ਸੰਗਰੂਰ ਉਹਨਾਂ ਦੇ ਆਪਣੇ ਹਲਕੇ ਤੋਂ ਨੇ ਭਗਵੰਤ ਮਾਨ ਨੇ ਆਕਾਲੀ ਦਲ ਅਤੇ ਭਾਜਪਾ ਗੱਠ ਜੋੜ ਨੂੰ ਲੈ ਕੇ ਵੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸਵਾਲ ਕੀਤਾ ਕਦੇ ਤੁਸੀਂ ਕਹਿੰਦੇ ਸੀ ਹਿੰਦੂ ਸਿੱਖ ਏਕਤਾ ਲਈ ਗੱਠ ਜੋੜ ਜ਼ਰੂਰੀ ਹੈ ਤੇ ਫਿਰ ਪਲਟ ਕਿਵੇਂ ਗਏ ਕਹਿੰਦੇ ਸੀ ਕਿ ਭਾਜਪਾ ਨਾਲ ਸਾਡਾ ਸਮਝੌਤਾ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਹਿੰਦੂ ਸਿੱਖ ਇੱਕਤਾ ਭਾਈਚਾਰਕ ਸਾਂਝ ਇਹਦੇ ਨਾਲ ਬਣੀ ਰਹੂਗੀ ਇਹ ਹੀ ਕਹਿੰਦੇ ਸੀ ਕਾਲੀ ਦਾ ਨਾਲੇ ਜਦੋਂ ਉਹਨਾਂ ਨੇ ਜਵਾਬ ਦਿੱਤਾ ਕੱਲ ਪਰਸੋਂ ਕਹਿੰਦੇ ਭੁੱਲ ਜੋ ਦਿੱਲੀ ਵਾਲਿਆਂ ਨੂੰ ਇ tanto ਬਹੁਤ ਮਾੜੇ ਨੇ ਬਈ ਸਾਨੂੰ ਹੀ ਪਾਓ ਵੋਟਾਂ ਹੱਦ ਆ ਯਾਰ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਤੁਹਾਡੇ ਹਿਸਾਬ ਨਾਲ ਹੀ ਚੱਲੀਏ ਤੇ ਉਹ ਤੇ ਮੁੰਡੇ ਦੀ ਘਰ ਵਾਪਸੀ ਹੋ ਗਈ ਮੈਂ ਕਿਹਾ ਕਿਹੜੇ ਘਰ ਚ ਵਾਪਸੀ ਹੋ ਗਈ ਕਹਿੰਦੇ ਕਾਲੀਦਲ ਚ ਆ ਗਏ ਮੈਂ ਕਿਹਾ ਇਹ ਤਾਂ ਹਬਦੇ ਘਰ ਹੀ ਮੁੜੇ ਨੇ ਕਹਿੰਦੇ ਹਾਂ ਜਕਰ ਵਾਪਸੀ ਹੋ ਗਈ ਮੈਂ ਕਿਹਾ ਇਹ ਤਾਂ ਆਪ ਹੀ ਗਏ ਸੀ ਆਪ ਹੀ ਮੁੜਿਆਏ ਇਹਨੂੰ ਕਹਿੰਦੇ ਉਹ ਘਰ ਵਾਪਸੀ ਉਹਦੇ ਮੰਨਾਂਗੇ ਜਿਹੜੇ ਘਰ ਲੋਕਾਂ ਨੇ ਨਾ ਤੋ ਖੋਹੇ ਨੇ ਨਾ ਚੰਡੀਗੜ੍ਹ ਵਾਲੇ ਜਿਹਦੇ ਉਹਨਾਂ ਘਰਾਂ ਚ ਵਾਪਸੀ ਹੋ ਗਈ ਸੀਐਮ ਆਨ ਇੱਕ ਵਾਰੀ ਫੇਰ ਪੰਜਾਬੀ ਭਾਸ਼ਾ ਦੇ ਮੁੱਦੇ ਤੇ ਵਿਰੋਧੀਆਂ ਨੂੰ ਨਵਾਂ ਚੈਲੰਜ ਦਿੱਤਾ ਕਹਿੰਦੇ ਮੈਂ ਪੇਪਰ ਵੀ ਲੀਕ ਕਰ ਦੇਵਾਂਗਾ ਫਿਰ ਵੀ ਇਹ ਪਾਸ ਨਹੀਂ ਕਰ ਸਕਣਗੇ ਇਹਨਾਂ ਨੂੰ ਪੰਜਾਬੀ ਆਉਂਦੀ ਹੀ ਨਹੀਂ ਅਜਿਹੇ ਲੋਕ ਪੰਜਾਬ ਦੇ ਹੱਕ 'ਚ ਕਿਵੇਂ ਖੜੇ ਹੋਣਗੇ ਮੈਂ ਕਿੱਦਾਂ ਦਾ ਕਹੀ ਜਾਣਾ ਯਾਰ ਤੁਸੀਂ ਪੰਜਾਬ ਦੇ ਬਹੁਤ ਵੱਡੇ ਹਤੈਸ਼ੀ ਹੋ 100 'ਚੋਂ 33 ਵਾਲਾ ਪਾਸ ਹੁੰਦਾ ਚਲ ਮੈਂ 25 ਕਰ ਦੇਣਾ ਅੱਜ ਮੋਗੇ ਤੋਂ 20 ਕਰ ਦੇਣਾ ਚਲ ਦੇ 100 ਚੋਂ 20 ਨੰਬਰ ਪੰਜਾਬੀ ਦੇ ਪੇਪਰ ਚੋਂ ਲਿਖਤੀ ਟੈਸਟ ਚੋਂ ਲੈ ਕੇ ਪਾਸ ਕਰ ਲੈਣ ਬਾਜਬਾ ਜੋ ਸਿੱਧੂ ਮਜੀਠੀਆ ਸੁਖਬੀਰ ਬਾਦਲ ਲੈ 100 ਚੋਂ 20 ਨੰਬਰ ਪੰਜਾਬੀ ਚੋਂ ਲਿਖਤੀ ਟੈਸਟ ਦੇ ਵਿੱਚੋਂ ਲੈ ਲੈਣ 20 ਨੰਬਰ ਮੈਂ ਮੰਨ ਜੂਗਾ ਪੰਜਾਬ ਦੇ ਬਈ ਬਹੁਤ ਤੈਸ਼ੀ ਨੇ ਨਾਲੇ ਚਲੋ ਐ ਕਰਦੇ ਆ ਥੋੜਾ ਜਿਹਾ ਪੇਪਰ ਵੀ ਲੀਕ ਕਰ ਦਾਂਗੇ ਲੀਕ ਕਰ ਦਾਂਗੇ ਵੀ ਆਹ ਸਵਾਲ ਆਊਗਾ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਮੈਨੂੰ ਵੀ ਪਤਾ ਹੈ ਕਿ ਇਹਨਾਂ ਨੂੰ ਪਤਾ ਹੈ ਕਿ ਚੰਡੀਗੜ੍ਹ ਪਰ ਮੈਨੂੰ ਇਹਨਾਂ ਪੱਕਾ ਪਤਾ ਹੈ ਲੀਕ ਕਰਕੇ ਵੀ ਇਹ ਸਵਾਲ ਚ ਇਹਨਾਂ ਨੂੰ ਨੰਬਰ ਨਹੀਂ ਆਉਣੇ ਕਿਉਂਕਿ ਇਹ ਤਾਂ ਪਤਾ ਵੀ ਚੰਡੀਗੜ੍ਹ ਹੈਗੀ ਹੈ ਲਿਖਣਗੇ ਕਿਵੇਂ ਅੱਛਾ ਇਹਨਾਂ ਨੇ ਪਾ ਦੇਣਾ ਚੱਚੇ ਨੂੰ ਟਿੱਪੀ ਡੱਡੇ ਨੂੰ ਬਿਹਾਰੀ ਗਾਗਾ ੜਾੜਾ ਗੱਗਾ ੜਾੜਾ ਹੈ ਨਾ ਇਹ ਵੀ ਗਲਤ ਹੋਊਗਾ ਗੜਾੜੇ ਪਿਛਲੇ ਦਿਨਾਂ ਦੌਰਾਨ ਸਾਈਲੋਜ਼ ਵਿਵਾਦ ਜਿਹੜਾ ਭਖਿਆ ਸੀਗਾ ਪੰਜਾਬ ਦੇ ਵਿੱਚ ਉਸ ਨੂੰ ਲੈ ਕੇ ਵੀ ਸੀਐਮ ਮਾਨ ਨੇ ਸਵੈ ਦੰਦਿਆ ਕਿਹਾ ਕਿ ਅਸੀਂ ਮੰਡੀਆਂ ਵਧਾਈਆਂ ਨੇ ਜਦਕਿ ਵਿਰੋਧੀ ਧਿਰਾਂ ਨੇ ਆਪਣੇ ਸਮੇਂ ਦੇ ਵਿੱਚ ਸਾਈਲੋਜ਼ ਨੂੰ ਮਨਜ਼ੂਰੀ ਦਿੱਤੀ ਤੇ ਸਾਡੇ ਕਿਤੇ ਕੰਮ ਨੂੰ ਗਲਤ ਤਰੀਕੇ ਦੇ ਨਾਲ ਪ੍ਰਚਾਰਿਆ ਗਿਆ ਭਗਵੰਤ ਮਾਨਤਾ ਜੀ ਅਮੀਰਾਂ ਨੂੰ ਮੰਡੀਆਂ ਖੋਲ ਕੇ ਮੈਂ ਬਾਈ 2013 ਤੋਂ ਚੱਲੀ ਜਾਂਦਾ ਅੱਜ ਤਾਂ ਸਭ ਨੂੰ ਬੰਦ ਕੀਤੇ ਆ ਆ ਡਗਰੂ ਵਾਲਾ ਆ ਨਾਲ ਉਹ ਭਈ ਸਾਸੀ ਤਾਂ ਮੰਡੀਆਂ ਵਧਾਈਆਂ ਨੇ ਸਾਨੂੰ ਪ੍ਰਾਈਵੇਟ ਮੰਡੀਆਂ ਬਣਾਉਣ ਦੀ ਕਿਰੋੜ ਹੈ ਸਾਡੇ ਕੋਲ ਸਰਕਾਰੀ ਮੰਡੀਆਂ ਇੰਨੀਆਂ ਨੇ ਅੱਜ ਤਾਂ ਪਿਛਲੀ ਵਾਰ ਨਾਲੋਂ ਮੰਡੀਆਂ ਵਧਾਈਆਂ ਨੇ ਹਰ ਗੱਲ ਤੇ ਪੁੱਛਦੇ ਨਹੀਂ ਕਰਦੇ ਨਹੀਂ ਚੱਕ ਤੜਕੀ ਉੱਠਣਸਾਰ ਕਹਿੰਦੇ ਕੀ ਹੈ ਅੱਛਾ ਭਵੰਤਮਨ ਦੇ ਖਿਲਾਫ ਹੈ ਚੱਕ ਦਿਓ ਬਾਅਦ ਚ ਮਾਫੀਆ ਮੰਗਣੀਆਂ ਪੈਂਦੀਆਂ सीएमआर ਨੇ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਤੇ ਕੇਂਦਰ ਸਰਕਾਰ ਨੂੰ ਕੇ ਇਦਾਂ ਕਿਹਾ ਕਿ ਤੁਸੀਂ ਸੋਚ ਨੂੰ ਕੈਦ ਨਹੀਂ ਕਰ ਸਕਦੇ ਨਾਲ ਹੀ ਉਹਨਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਉਹ ਖੁਦ ਪੂਰੇ ਦੇਸ਼ ਵਿੱਚ ਚੋਣ ਪ੍ਰਚਾਰ ਕਰਨਗੇ ਆਪਾਂ ਨੂੰ ਗਲਤਫਹਿਮੀ ਹੋ ਗਈ ਕੇਜਰੀਵਾਲ ਨੂੰ ਅੰਦਰ ਕਰ ਦੋ ਆਵਾ ਮੇ ਪਾਰਟੀ ਖਤਮ ਹੋ ਜੂ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਦਾ ਨਾਂ ਨਹੀਂ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਂ ਹੈ ਤੁਸੀਂ ਬੰਦੇ ਨੂੰ ਫੜ ਕੇ ਤਾਂ ਅੰਦਰ ਕਰ ਦੋਂਗੇ ਸੋਚ ਨੂੰ ਕਿਵੇਂ ਕੈਦ ਕਰੋਗੇ ਸੋਚ ਨੂੰ ਕਿਵੇਂ ਕਾਂਗਰਸ ਦੇ ਲਈ ਪੰਜਾਬ ਦੀਆਂ ਕਈ ਸੀਟਾਂ ਸਿਰਦਰਦੀ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਅੰਮ੍ਰਿਤਸਰ ਜਲੰਧਰ ਫਿਰ ਅਨੰਦਪੁਰ ਸਾਹਿਬ ਦੀ ਸੀਟ ਤੇ ਵੀ ਹੁਣ ਚਰਚਾ ਚੱਲ ਰਹੀ ਹੈ ਤੇ ਲੁਧਿਆਣੇ ਦੀ ਸੀਟ ਉਸ ਵਕਤ ਸਿਰਦਰਦ ਬਣ ਗਈ ਸੀ ਜਦੋਂ ਐਮਪੀ ਰਵਨੀਤ ਬਿੱਟੂ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਪਰ ਹੁਣ ਕਾਂਗਰਸ ਨੂੰ ਥੋੜੀ ਰਾਹਤ ਮਿਲੀ ਹੈ ਕਿਉਂਕਿ ਰਵਨੀਤ ਬਿੱਟੂ ਦਾ ਤੋੜ ਮਿਲ ਗਿਆ ਹੈ ਤੇ ਲੁਧਿਆਣਾ ਲੋਕ ਸਭਾ ਸੀਟ ਦਿਲਚਸਪ ਹੋਣ ਵਾਲੀ ਹੈ ਤਿੰਨ ਵਾਰ ਦੇ ਕਾਂਗਰਸ ਸੰਪੀਡਵਨੀਤ ਬਿੱਟੂ ਦੇ ਪਾਲਾ ਬਦਲ ਕੇ ਬੀਜੇਪੀ ਦੇ ਵਿੱਚ ਜਾਣ ਤੋਂ ਬਾਅਦ ਹੁਣ ਪਤਾ ਲੱਗ ਰਿਹਾ ਹੈ ਕਿ ਸਿਮਰਜੀਤ ਸਿੰਘ ਬੈਂਸ ਵੀ ਪਾਲਾ ਬਦਲ ਰਹੇ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਚਰਚਾ ਚੱਲਣ ਲੱਗੀ ਹੈ ਕਾਂਗਰਸ ਨੇ ਇਸ ਲਈ ਗਰਾਉਂਡ ਤਿਆਰ ਕਰ ਲਿਆ ਨੌ ਹਾਲ ਕਹਿੰਦੇ ਇੰਚਾਰਜ ਨੇ ਬਿੱਟੂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨੂੰ ਹਰੀ ਝੰਡੀ ਦੇ ਦਿੱਤੀ ਹੈ ਬੈਂਸ ਕਾਂਗਰਸ ਦੇ ਮਜ਼ਬੂਤ ਉਮੀਦਵਾਰ ਸਾਬਿਤ ਹੋ ਸਕਦੇ ਨੇ ਕਿਉਂਕਿ 14 ਤੇ 19 ਦੀਆਂ ਲੋਕ ਸਭਾ ਸੀਟਾਂ ਦੇ ਵਿੱਚ ਉਹਨਾਂ ਨੇ ਇਕੱਲੇ ਆਪਣੇ ਦਮ ਤੇ ਰਵਨੀਤ ਬਿੱਟੂ ਨੂੰ ਕਰੜੀ ਟੱਕਰ ਦਿੱਤੀ ਸੀ ਦੂਸਰੇ ਨੰਬਰ ਤੇ ਰਹੇ ਸਨ 2019 ਵਿੱਚ ਬਿੱਟੂ ਦੇ 22.5 ਫੀਸਦੀ ਵੋਟ ਸ਼ੇਅਰ ਦੇ ਮੁਕਾਬਲੇ ਬੈਂਸ ਨੂੰ 18.5 ਫੀਸਦੀ ਵੋਟਾਂ ਮਿਲੀਆਂ ਸਨ ਹਾਲਾਂਕਿ ਬਿੱਟੂ ਦੇ ਜਾਣ ਤੋਂ ਬਾਅਦ ਕਾਂਗਰਸ ਵਿੱਚ ਸਾਬਕਾ ਕੈਬਨਿਟ ਮੰਤਰੀ ਭਾਤਪੁਸ਼ਨ ਆਸ਼ੂ ਦਾ ਨਾਂ ਵੀ ਅੱਗੇ ਚੱਲ ਰਿਹਾ ਸੀ ਆਸ਼ੂ ਵੀ ਆਪਣੇ ਹਲਕੇ ਵਿੱਚ ਕਾਫੀ ਮਜ਼ਬੂਤ ਮੰਨੇ ਜਾਂਦੇ ਨੇ ਪਰ ਜੇ ਬੈਂਸ ਨੂੰ ਟਿਕਟ ਮਿਲਦੀ ਹੈ ਤਾਂ ਆਸ਼ੂ ਕੋਈ ਵੱਡਾ ਸਿਆਸੀ ਕਦਮ ਵੀ ਚੁੱਕ ਸਕਦੇ ਨੇ ਸਿਮਰਜੀਤ ਸਿੰਘ ਬੈਂਸ ਜ਼ਬਰਜਨਾਹ ਦੇ ਮਾਮਲੇ ਵਿੱਚ ਕਈ ਮਹੀਨੇ ਜੇਲ੍ਹ 'ਚ ਰਹੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਆਪ ਵੀ ਹਾਰੇ ਤੇ ਉਹਨਾਂ ਦੇ ਪ੍ਰਭ ਬਲਵਿੰਦਰ ਸਿੰਘ ਬੈਂਸ ਵੀ ਹਾਰੇ ਪਰ ਇਸ ਦੇ ਬਾਵਜੂਦ ਉਹ ਦੋ ਵਾਰ ਦੇ ਵਿਧਾਇਕ ਰਹੇ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਦੇ ਵਿੱਚ ਤਾਕਤ ਹੈ ਜਿਹੜੀ ਸਿਆਸੀ ਤਾਕਤ ਉਸ ਨੂੰ ਸਮਝਦੇ ਨੇ ਇਸੇ ਲਈ ਜਿਹੜਾ ਹੈਗਾ ਉਹਨਾਂ ਨੂੰ ਕਾਂਗਰਸ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬੀਜੇਪੀ ਦੇ ਉਮੀਦਵਾਰ ਅਮਨੀਤ ਬਿੱਟੂ ਨਾਲ ਬੈਂਸ ਭਰਾਵਾਂ ਦਾ ਵੀ ਲੁਧਿਆਣਾ ਦੇ ਵਿੱਚ ਵੱਡਾ ਕਦ ਹੈ ਸ਼ਹਿਰ ਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਵਿੱਚ ਬੈਂਸ ਭਰਾਵਾਂ ਦਾ ਕਾਫੀ ਆਧਾਰ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਚਰਚਾ ਸੀ ਕਿ ਬੈਂਸਪਰਾ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਨੇ ਪਰ ਪਤਾ ਲੱਗਿਆ ਕਿ ਉਹ ਆਪਣੇ ਨਾਲ ਆਪਣੀਆਂ ਹਮਾਇਤੀਆਂ ਲਈ ਵੀ ਸੀਟ ਮੰਗ ਰਹੇ ਸਨ ਜਿਸ ਦੀ ਵਜ੍ਹਾ ਕਰਕੇ ਗੱਲ ਨਹੀਂ ਬਣ ਸਕੀ ਤੇ ਬੀਜੇਪੀ ਦੇ ਵਿੱਚ ਨਹੀਂ ਸ਼ਾਮਲ ਹੋਏ। ਅਕਾਲੀ ਦਲ ਗੁਰਦਾਸਪੁਰ ਦੇ ਲਈ ਵੱਡਾ ਦਾਅ ਖੇਡਣ ਦੀ ਤਿਆਰੀ ਦੇ ਵਿੱਚ ਹੈ। ਹਾਲਾਂਕਿ ਅਕਾਲੀ ਦਲ ਨੇ ਹਲੇ ਤੱਕ ਇੱਕ ਵੀ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ। ਬਾਲੀਵੁੱਡ ਅਦਾਕਾਰ ਤੇ ਗੁਰਦਾਸਪੁਰ ਤੋਂ ਸਾਬਕਾ ਸੰਸਦ ਮੈਂਬਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਗੁਰਦਾਸਪੁਰ ਸੀਟ ਤੋਂ ਬੀਜੇਪੀ ਦੀ ਟਿਕਟ ਦੀ ਮਜ਼ਬੂਤ ਦਾਵੇਦਾਰ ਮੰਨੀ ਜਾ ਰਹੀ ਹੈ ਪਰ ਭ ਮੰਨੀ ਜਾ ਰਹੀ ਸੀ ਪਰ ਭਾਜਪਾ ਨੇ ਇੱਥੇ ਦਿਨੇਸ਼ ਬੱਬੂ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਵਿਤਾ ਖੰਨਾ ਨੂੰ ਗੁਰਦਾਸਪੁਰ ਤੋਂ ਉਮੀਦਵਾਰ ਬਣਾਏ ਜਾਣ ਦੀ ਚਰਚਾ ਚੱਲ ਰਹੀ ਹੈ ਦਰਅਸਲ ਹਾਲੀ ਵਿੱਚ ਕਵਿਤਾ ਨੂੰ ਅਕਾਲੀ ਦਲ ਦੇ ਕੁਝ ਲੀਡਰਾਂ ਦੇ ਨਾਲ ਇੱਕ ਪ੍ਰੋਗਰਾਮ ਦੇ ਵਿੱਚ ਦੇਖਿਆ ਗਿਆ ਜਿਸ ਤੋਂ ਬਾਅਦ ਇਹ ਕਿਆਸ ਲਾਏ ਜਾ ਰਹੇ ਨੇ ਅਕਾਲੀ ਦਲ ਕੋਲ ਵੀ ਗੁਰਦਾਸਪੁਰ ਚ ਕੋਈ ਵੱਡਾ ਚਿਹਰਾ ਨਹੀਂ ਹੈ ਕਵਿਤਾ ਖੰਨਾ ਭਾਜਪਾ ਵੱਲੋਂ ਟਿਕਟ ਨਾ ਮਿਲਣ ਤੇ ਨਿਰਾਸ਼ ਦੱਸੀ ਜਾ ਰਹੀ ਹੈ ਤੇ ਚੋਣ ਲੜਨ ਦੀ ਚਾਹਵਾਨ ਵੀ ਹੈ ਇਸ ਕਰਕੇ ਉਹ ਅਕਾਲੀ ਦਲ ਦਾ ਪੱਲਾ ਫੜ ਕੇ ਇਧਰੋਂ ਚੋਣ ਲੜ ਸਕਦੀ ਹੈ 2017 ਦੇ ਵਿੱਚ ਵਿਨੋਦ ਖੰਨਾ ਦੇ ਚਲਾਣੇ ਤੋਂ ਬਾਅਦ ਹੋਈ ਉਪ ਚੋਣ ਦੇ ਵਿੱਚ ਵੀ ਕਵਿਤਾ ਖੰਨਾ ਨੂੰ ਭਾਜਪਾ ਤੋਂ ਟਿਕਟ ਮਿਲਣ ਦੀ ਕਿਆਸੀ ਪਰ ਪਾਰਟੀ ਨੇ ਸਵਰਨ ਸਲਾਰੀਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਹਾਲਾਂਕਿ ਕਾਂਗਰਸ ਦੇ ਵੱਡੇ ਲੀਡਰ ਸੁਨੀਲ ਜਾਖੜ ਤੋਂ ਉਸ ਵਕਤ ਹਾਰ ਗਏ ਸਨ ਇਸ ਵਾਰ ਵੀ ਸਲਾਰੀਆ ਉਮੀਦਵਾਰ ਨਾਮ ਨਾਏ ਜਾਂ ਤੋਂ ਨਰਾਜ਼ ਨੇ ਤੇ ਉਹਨਾਂ ਨੇ ਆਜ਼ਾਦ ਉਮੀਦਵਾਰ ਵਜੋਂ ਲੜਨ ਦਾ ਐਲਾਨ ਕਰ ਦਿੱਤਾ ਜਲੰਧਰ ਕੈਂਟ ਤੋਂ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੇ ਕਿਸਾਨਾਂ ਦੇ ਹੱਕ ਵਿੱਚ ਪੋਸਟ ਕੀਤੀ ਸੀ ਜਿਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਵੱਲੋਂ ਡਿਲੀਟ ਕਰ ਦਿੱਤਾ ਗਿਆ ਤੇ ਪ੍ਰਗਟ ਸਿੰਘ ਨੇ ਇਸ ਦਾ ਇਲਜ਼ਾਮ ਆਪ ਸਰਕਾਰ ਦੇ ਸਿਰ ਤੇ ਮੜਿਆ ਹੈ ਉਹਨਾਂ ਦਾਵਾ ਕੀਤਾ ਹੈ ਕਿ ਇਹ ਸ਼ਿਕਾਇਤ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਜਿਸ ਤੋਂ ਬਾਅਦ ਐਕਸ ਨੇ ਕਾਰਵਾਈ ਕੀਤੀ ਭਗਵੰਤ ਮਾਨ ਸਰਕਾਰ ਵੱਲੋਂ ਸਰਕਾਰੀ ਮੰਡੀਆਂ ਨੂੰ ਨਿੱਜੀ ਸਾਇਲੋ ਦੇ ਵਿੱਚ ਜਦੋਂ ਮਿਲਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਜਿਸ ਬਾਅਦ ਭਗਵੰਤ ਮਾਨ ਸਰਕਾਰ ਨੇ ਨੋਟੀਫਿਕੇਸ਼ਨ ਕੱਢ ਕੇ ਉਸ ਨੂੰ ਡੀ ਨੋਟੀਫਾਈ ਕਰ ਦਿੱਤਾ ਯਾਨਕਿ ਫੈਸਲਾ ਵਾਪਸ ਲੈ ਲਿਆ ਪਰ ਇਸ ਤੋਂ ਪਹਿਲਾਂ ਪ੍ਰਗਟ ਸਿੰਘ ਨੇ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਵਾਲਾ ਟਵੀਟ ਕਰਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਕੀਤੀ ਸੀ ਤੇ ਕਈ ਦਿਨ ਪਹਿਲਾਂ ਕੀਤਾ ਟਵੀਟ ਨੂੰ ਹੁਣ ਡਿਲੀਟ ਕਰ ਦਿੱਤਾ ਗਿਆ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਦੇ ਕਹਿਣ ਤੇ ਸ਼ਿਕਾਇਤ ਕੀਤੀ ਮੋਦੀ ਤੇ ਭਗਵੰਤ ਮਾਨ ਦੇ ਰਾਜ ਵਿੱਚ ਕਿਸਾਨਾਂ ਦੇ ਹੱਕ ਵਿੱਚ ਖੜਨਾ ਕਹਿੰਦੇ ਗੁਨਾਹ ਹੋ ਗਿਆ ਕਾਂਗਰਸ ਨੇ ਸ਼ੁੱਕਰਵਾਰ ਨੂੰ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ ਉਸ ਤੇ ਭਾਜਪਾ ਨੇ ਪ੍ਰਤੀਕਰਮ ਦਿੱਤਾ ਤੇ ਹੁਣ ਕਾਂਗਰਸ ਨੇ ਜਵਾਬ ਦਿੱਤਾ ਹੈ ਮੁਸਲਮ ਲੀਗ ਦਾ ਪ੍ਰਭਾਵ ਹੋਣ ਦਾ ਜਿਹੜਾ ਇਲਜ਼ਾਮ ਲਾਇਆ ਗਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਖਾਸ ਤੌਰ ਤੇ ਟਿੱਪਣੀ ਕੀਤੀ ਸੀ ਉਸ ਤੇ ਮੋੜਵਾ ਹਮਲਾ ਕੀਤਾ ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਇਤਿਹਾਸ ਤੋਂ ਜਾਣੂ ਨਹੀਂ ਹਨ ਕਿਉਂਕਿ ਉਹ ਹੋਰ ਕੋਈ ਨਹੀਂ ਸਗੋ ਜਨ ਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਹਨ ਜਿਹੜੇ 1940 ਦੇ ਸ਼ੁਰੂ ਵਿੱਚ ਲੀਗ ਦੇ ਨਾਲ ਬੰਗਾਲ ਦੇ ਵਿੱਚ ਗਠਜੋੜ ਸਰਕਾਰ ਦਾ ਹਿੱਸਾ ਸਨ ਜੇ ਜਨਰਲ ਖਤਰ ਜਾਰਾਮ ਰਮੇਸ਼ ਨੇ ਬੀਜੇਪੀ ਤੇ ਵੰਡ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ। ਦਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹਾਰਨਪੁਰ ਦੇ ਵਿੱਚ ਚੋਣ ਰੈਲੀ ਦੌਰਾਨ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਉਸੇ ਸੋਚ ਨੂੰ ਦਰਸਾਉਂਦਾ ਜੋ ਆਜ਼ਾਦੀ ਅੰਦੋਲਨ ਦੌਰਾਨ ਮੁਸਲਮਨ ਲੀਗ ਦੇ ਵਿੱਚ ਸੀ। ਮੋਦੀ ਨੇ ਵੀ ਕਿਹਾ ਕਿ ਕਾਂਗਰਸ ਦਾ ਚੋਣ ਮਨੋਰਥ ਪੱਤਰ ਤੇ ਪੂਰੀ ਤਰ੍ਹਾਂ ਦੇ ਨਾਲ ਮੁਸਲਮਨ ਲੀਗ ਦਾ ਪ੍ਰਭਾਵ ਹੈ ਤੇ ਇਸ ਦਾ ਜੋ ਵੀ ਹਿੱਸਾ ਬਚਿਆ ਉਸ ਤੇ ਖੱਬੇ ਪੱਖੀਆਂ ਦਾ ਪੂਰੀ ਤਰ੍ਹਾਂ ਦਬਦਬਾ ਹੈ। ਇਹਦੇ ਵਿੱਚ ਕਾਂਗਰਸ ਦਾ ਕਹਿੰਦੇ ਨਜ਼ਰ ਹੀ ਨਹੀਂ ਆਉਂਦੀ। ਪ੍ਰਧਾਨ ਮੰਤਰੀ ਦੀ ਟਿੱਪਣੀ ਤੇ ਪ੍ਰਤੀਕਿਰਿਆ ਦਿੰਦਿਆਂ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣਾ ਇਤਿਹਾਸ ਹੀ ਨਹੀਂ ਪਤਾ। ਭਾਜਪਾ ਦੇ ਵੱਲੋਂ ਆਪਣਾ 44ਵਾਂ ਸਥਾਪਨਾ ਦਿਵਸ ਵੀ ਸ਼ਨੀਚਾਰਵਾਰ ਨੂੰ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਜਪਾ ਭਾਰਤ ਦੀ ਪਸੰਦੀਦਾ ਪਾਰਟੀ ਬਣ ਗਈ ਹੈ। ਉਹਨਾਂ ਨੇ ਭਰੋਸਾ ਜਤਾਇਆ ਕਿ ਲੋਕ ਪਾਰਟੀ ਨੂੰ ਕੇਂਦਰ ਦੇ ਵਿੱਚ ਇੱਕ ਹੋਰ ਕਾਰਜਕਾਲ ਦੇ ਲਈ ਚੁਣਨਗੇ ਤਾਂ ਜੋ ਪਾਰਟੀ ਪਿਛਲੇ ਦਹਾਕੇ ਵਿੱਚ ਵਿਕਸਿਤ ਭਾਰਤ ਦੀ ਰੱਖੀ ਨੀ ਨੂੰ ਮਜ਼ਬੂਤ ਕਰ ਸਕੇ। ਭਾਜਪਾ ਮੈਂਬਰਾਂ ਨੂੰ ਵਧਾਈ ਦਿੰਦਿਆਂ ਮੋਦੀ ਨੇ ਕਿਹਾ ਕਿ ਦੇਸ਼ ਦੀ ਨੌਜਵਾਨ ਤਾਕਤ ਭਾਜਪਾ ਨੂੰ ਇੱਕ ਅਜਿਹੀ ਵਜੋਂ ਦੇਖਦੀ ਹੈ ਜੋ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਸਮਰੱਥ ਹੈ ਸਹਾਰਨਪੁਰ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਵਿਰੋਧੀ ਇੰਡੀਆ ਗੱਠਜੋੜ ਦਾ ਟੀਚਾ ਸੱਤਾ ਵਿੱਚ ਆਉਣ ਤੋਂ ਬਾਅਦ ਕਮਿਸ਼ਨ ਕਮਾਉਣਾ ਹੈ ਜਦਕਿ ਬੀਜੇਪੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਐਨਡੀਏ ਮਿਸ਼ਨ ਤੇ ਹੈ ਸਹਾਰਨਪੁਰ ਦੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਵਿਰੋਧੀ ਗੱਠਜੋੜ ਆਉਂਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਪਾਂਚਪਾਨੂ 370 ਤੋਂ ਵੱਧ ਸੀਟਾਂ ਜਿੱਤਣ ਤੋਂ ਰੋਕਣ ਵਾਸਤੇ ਲੜ ਰਿਹਾ ਹੈ ਆਪ ਜਿੱਤਣ ਵਾਸਤੇ ਨਹੀਂ ਲੜ ਰਿਹਾ कांग्रेस को बेनकाब करने वाला ये घोषणा पत्र है आप देखिए हर पन्ने पर भारत के टुकड़े करने की बू आ रही है कांग्रेस के घोषणा पत्र में वही सोच झलकती है ਜੋ ਸੋਚ ਆਜ਼ਾਦੀ ਦੇ ਸਮੇਂ ਮੁਸਲਿਮ ਲੀਗ ਵਿੱਚ ਸੀ ਪ੍ਰਧਾਨ ਮੰਤਰੀ ਮੋਦੀ ਦੇ ਲਗਾਤਾਰ ਹਮਲਿਆਂ ਦਾ ਕਾਂਗਰਸ ਲੀਡਰ ਸੋਨੀਆ ਗਾਂਧੀ ਨੇ ਵੀ ਜਵਾਬ ਦਿੱਤਾ ਰਾਜਸਥਾਨ ਦੇ ਜੈਪੁਰ ਪਹੁੰਚੀ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਖੁਦ ਨੂੰ ਮਹਾਨ ਸਮਝ ਕੇ ਦੇਸ਼ ਅਤੇ ਲੋਕਤੰਤਰ ਦੀ ਸ਼ਾਨ ਨੂੰ ਢਾਹ ਲਾ ਰਹੇ ਨੇ ਇਸ ਦੇ ਨਾਲ ਹੀ ਗਾਂਧੀ ਨੇ ਕਿਹਾ ਕਿ ਅੱਜ ਸਾਡੇ ਦੇਸ਼ ਦਾ ਲੋਕਤੰਤਰ ਖਤਰੇ ਵਿੱਚ ਹੈ ਖੁਦ ਕੋ ਮਹਾਨ ਮੰਨ ਕੇ ਦੇਸ਼ और लोकतंत्र की मर्यादा का चिहारन कर रहे हैं विपक्षी नेताओं को डराने धमकाने भाजपा में शामिल कराने के लिए तरह तरह के हथकंडे अपनाए जा रहे हैं तो भाइयों और बहनों आज हमारे देश का लोकतंत्र खतरे में है मेहनत मेहनत से कड़ी की गई लोकतांत्रिक संस्थाओं को राजनीतिक सत्ता का हथियार से बर्बाद किया जा रहा है यही नहीं हमारे संविधान को बदलने का षड्यंत्र रचा रहा है।